ਇਹ ਕੁੜੀ ਜੋ ਆਪਣੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਇਹ ਕੁੜੀ ਮੌਤ ਦੇ ਮੂੰਹ ਚੋਂ ਨਿਕਲ ਕੇ ਆਈ ਹੈ। ਦਰਅਸਲ ਇਸ ਦੇ ਨਾਲ ਜਾਨਵਰਾਂ ਵਾਂਗ ਵਤੀਰਾ ਕੀਤਾ ਜਾਂਦਾ ਸੀ। 24-24 ਘੰਟੇ ਵਿਚਾਰੀ ਵਿਦੇਸ਼ 'ਚ ਜੂਠੇ ਭਾਂਡੇ ਮਾਂਜਦੀ ਸੀ, ਘਰ ਦੀ ਸਫਾਈਆਂ ਕਰਦੀ ਸੀ ਅਤੇ ਸ਼ੇਖਾਂ ਦੇ ਬੱਚੇ ਸਾਂਭਦੀ ਸੀ। ਇਹ ਕੁੜੀ ਵੀ ਠੱਗ ਏਜੰਟਾਂ ਦੇ ਧੱਕੇ ਚੜ੍ਹੀ ਹੈ। ਜੀ ਹਾਂ, ਇਸ ਕੁੜੀ ਦਾ ਪਤੀ ਹੈ ਜਿਹੜਾ, ਉਸ ਦੀਆਂ ਲੱਤਾਂ ਟੁੱਟ ਗਈਆਂ ਸਨ, ਜਿਸ ਕਰਕੇ ਮਜਬੂਰੀ ਪੱਖੋਂ ਇਸ ਕੁੜੀ ਨੇ ਬਾਹਰ ਜਾਣ ਦਾ ਫੈਸਲਾ ਲਿਆ। ਇਸ ਕੁੜੀ ਨੂੰ ਉੱਥੇ 30,000 ਰੁਪਏ ਦੀ ਨੌਕਰੀ ਵੀ ਮਿਲ ਗਈ। ਕੁੜੀ ਬਹੁਤ ਖੁਸ਼ ਹੋਈ, ਪਰਿਵਾਰ ਨੂੰ ਛੱਡ ਵਿਦੇਸ਼ ਚਲੀ ਗਈ। ਅੱਗੇ ਜਾ ਕੇ ਦੇਖਿਆ ਤਾਂ ਸ਼ੇਖਾਂ ਦੀ ਨੌਕਰਾਣੀ ਬਣਨ ਦਾ ਇਸ ਨੂੰ ਕੰਮ ਦਿੱਤਾ ਗਿਆ। ਹਾਲਾਂਕਿ ਇਸ ਨੂੰ ਦੱਸਿਆ ਗਿਆ ਸੀ ਕਿ ਸ਼ੇਖਾਂ ਦੇ ਬੱਚੇ ਸਾਹਮਣੇ ਨੇ, ਪਰ ਅੱਗਿਓਂ 24 ਘੰਟੇ ਇਸ ਤੋਂ ਕੰਮ ਕਰਾਉਂਦੇ ਸੀ, ਜਿਸ ਕਰਕੇ ਇਸ ਦੇ ਪੈਰ ਵੀ ਗਲ ਗਏ, ਬੁਰਾ ਹਾਲ ਹੋ ਗਿਆ ਸੀ। ਅਤੇ ਜਦ ਇਸ ਨੇ ਵਾਪਸ ਆਉਣ ਦੀ ਗੱਲ ਕਹੀ ਤਾਂ ਇਸ ਨੂੰ ਕਿਹਾ ਗਿਆ ਕਿ ਪਹਿਲਾਂ 2.5 ਲੱਖ ਰੁਪਏ ਦੇ, ਫਿਰ ਤੈਨੂੰ ਜਾਣ ਦਿਆਂਗੇ। ਤਾਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੱਕ ਇਸ ਕੁੜੀ ਨੇ ਆਪਣੀ ਗੱਲ ਪਹੁੰਚਾਈ। ਇਸ ਨੇ ਕਿਹਾ ਕਿ ਮੈਂ ਵਾਪਸ ਆਉਣਾ ਚਾਹੁੰਦੀ ਹਾਂ ਪੰਜਾਬ 'ਚ। ਤਾਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਇਹ ਕੁੜੀ ਅੱਜ ਆਪਣੇ ਘਰ ਪਰਤ ਆਈ ਹੈ। ਅਤੇ ਆਓ ਇਸ ਦੀ ਦੁੱਖ ਭਰੀ ਕਹਾਣੀ ਜ਼ਰੂਰ ਸੁਣਦੇ ਹਾਂ ਅਤੇ ਉਸ ਤੋਂ ਸਿੱਖਿਆ ਲਵਾਂਗੇ। ਆਪਣੀਆਂ ਮਾਵਾਂ, ਧੀਆਂ ਅਤੇ ਭੈਣਾਂ ਨੂੰ ਬਾਹਰ ਨਾ ਭੇਜੀਏ। ਸਾਊਦੀ ਅਰਬ ਗਈ ਸੀ ਡਵਾਮ ਦੇ ਵਿੱਚ। ਏਜੰਟ ਮੇਰਾ ਹੈਦਰਾਬਾਦ ਦਾ ਸੀ। ਹਾਂਜੀ, ਅਤੇ ਮੇਰੇ ਗੁਆਂਢੀ ਨੇ ਉਹਦੇ ਨਾਲ ਕੰਨੈਕਟ ਕਰਾਇਆ ਸੀ, ਮੈਂ ਨਹੀਂ ਸੀ ਜਾਂਦੀ ਉਸ। ਹਾਂਜੀ, ਤਾਂ ਉੱਧਰ ਇਹੀ ਗੱਲ ਹੋਈ ਸੀ ਕਿ ਬੱਚਾ ਖਡਾਉਣਾ ਅਤੇ 1500 ਰੁਪਇਆ ਸੈਲਰੀ ਜਿਹੜੀ ਉੱਧਰ ਦੀ ਮੈਨੂੰ ਮਿਲੂਗੀ, ਅਤੇ ਪਰ ਉਹ ਸੈਲਰੀ ਨਹੀਂ ਮਿਲੀ ਤਾਂ ਨਾ ਹੀ ਉਹ ਬੱਚਾ ਖਡਾਉਣ ਨੂੰ ਸਾਰਾ ਕੰਮ ਮੇਰੇ ਤੋਂ ਘਰ ਦਾ ਕਰਵਾਇਆ ਗਿਆ। ਹਾਂਜੀ, ਤਾਂ ਕੁਛ ਕਰਵਾਉਂਦੇ ਸੀ ਤੁਹਾਡੇ ਕੋਲ? ਸਵੇਰੇ 4 ਵਜੇ ਉਠਾ ਲੈਂਦੇ ਸੀ ਅਤੇ ਰਾਤ 1 ਵਜੇ ਰੂਮ 'ਚ ਜਾਣ ਦਿੰਦੇ ਸੀ। ਸਾਰਾ ਦਿਨ ਉਹਨਾਂ ਦਾ ਬਸ ਕੰਮ ਹੀ ਨਹੀਂ ਸੀ ਮੁੱਕਣ ਚਾਹੁੰਦਾ। ਹਾਂਜੀ, ਰੈਸਟ ਬਿਲਕੁਲ ਨਹੀਂ ਦਿੰਦੇ ਅਤੇ ਮੇਰੇ ਹੱਥ ਪੈਰ ਜਿਹੜੇ ਸੀ ਸਾਰੇ ਗਲ ਗਏ ਸੀ, ਅਤੇ ਉਹਦੇ ਬਾਵਜੂਦ ਵੀ ਉਹ ਮੇਰੇ ਤੋਂ ਕੰਮ ਹੀ ਕਰਾਉਂਦੇ ਸੀ। ਅਤੇ ਮੈਂ ਉਹਨਾਂ ਨੂੰ ਵਾਪਸੀ ਦਾ ਕਿਹਾ ਸੀ ਅਤੇ ਉਹ ਕਹਿੰਦੇ 2,40,000 ਰੁਪਇਆ ਦੇ ਜਾਓ ਤਾਂ ਵਾਪਸ ਚਲ ਜਾਓ। ਹਾਂਜੀ, ਅਤੇ ਫਿਰ ਕਿਸ ਤਰ੍ਹਾਂ ਵਾਪਸੀ ਕਿਸ ਤਰ੍ਹਾਂ ਹੋਈ? ਮੈਨੂੰ ਬਾਬਾ ਸੀਚਿਆ ਸਾਹਿਬ ਜੀ, ਫਿਰ ਉਹਨਾਂ ਕੋਲ ਮੇਰੇ ਘਰ ਵਾਲਾ ਗਿਆ ਸੀ, ਫਿਰ ਉਹਨਾਂ ਨੇ ਮੈਨੂੰ ਵਾਪਸੀ ਮੰਗਾਇਆ। ਤੇ ਕਿੰਨੀ ਤਰੀਕ ਨੂੰ ਤੁਸੀਂ ਆਏ ਹੋ? ਮੈਂ 22 ਤਰੀਕ ਨੂੰ ਵਾਪਸ ਆਈ। ਤੇ ਉੱਥੇ ਹੋਰ ਵੀ ਲੜਕੀਆਂ ਹੀ ਸੀ? ਲੜਕੀਆਂ ਉੱਥੇ ਹੈਗੀਆਂ ਲੇਕਿਨ ਵਾਪਸ ਆ ਨਹੀਂ ਪਾਉਂਦੀਆਂ। ਅੱਛਾ, ਕਿਉਂਕਿ ਏਜੰਟਾਂ ਨੇ ਪੈਸੇ ਲਏ ਨੇ। ਅੱਛਾ, ਤਾਂ ਉਹਦਾ ਕਰਕੇ ਆਪਾਂ ਵਾਪਸ ਨਹੀਂ ਆ ਸਕਦੇ, ਨਿਕਲ ਨਹੀਂ ਦਿੰਦੇ ਵੀ। ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੀ ਲੜਕੀਆਂ ਬਾਹਰ ਜਾਣਾ ਚਾਹੁੰਦੀਆਂ ਉਹਨਾਂ ਨੂੰ? ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਬਾਹਰ ਨਾ ਜਾਓ, ਅਰਬ ਕੰਟਰੀਆਂ 'ਚ ਨਾ ਜਾਓ। ਆਪਾਂ ਨੂੰ ਉੱਥੇ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ। ਤੇ ਕਿੰਨੇ ਕਿੰਨੇ ਘੰਟੇ ਕੰਮ ਕਰਵਾਉਂਦੇ ਜੀ? 6 ਘੰਟੇ ਕੰਮ ਕਰਵਾਉਂਦੇ ਸੀ। ਕਿਵੇਂ 6 ਘੰਟੇ? ਹਾਂਜੀ। ਤੇ ਰੈਸਟ ਨਹੀਂ ਬਿਲਕੁਲ ਦਿੰਦੇ? ਨਹੀਂ, ਰੈਸਟ ਬਿਲਕੁਲ ਨਹੀਂ ਦਿੰਦੇ ਉਹ। ਸਵੇਰੇ 4 ਵਜੇ ਤੋਂ ਲੈ ਕੇ ਰਾਤ 1 ਵਜੇ ਤੱਕ ਕੰਮ ਹੀ ਕਰਾਉਂਦੇ ਰਹਿੰਦੇ ਨੇ। ਤੇ ਹੁਣ ਧੰਨਵਾਦ ਕਿਹਦਾ ਕਰਦੇ ਜੀ? ਮੈਂ ਸੀਚਲ ਸਾਹਿਬ ਦਾ ਧੰਨਵਾਦ ਕਰਦੀ। ਤੇ ਗਾਂ ਕਿਸੇ ਲੜਕੀ ਨੂੰ ਕਿਸ ਤਰ੍ਹਾਂ ਵੀ ਬਾ ਇੱਥੇ ਕਮਾਈ ਘੱਟ ਕਰ ਲਓ? ਮੈਂ ਇਹੀ ਕਹਿੰਦੀ ਹਾਂ ਕਿ ਭੈਣੇ ਇੱਥੇ ਥੋੜ੍ਹੀ ਖਾ ਲਓ, ਪਰ ਬਾਹਰ ਨਾ ਜਾਓ, ਅਰਬ ਕੰਟਰੀਆਂ 'ਚ ਨਾ ਜਾਓ, ਇੰਡੀਆ 'ਚ ਹੀ ਕੰਮ ਕਰਕੇ ਥੋੜ੍ਹਾ ਕਮਾ ਕੇ ਖਾ ਲਓ। ਠੀਕ।